got another really good cupboard, but I'm going to do it in a while now. पहला कॉलर ले लिए, फिर कबर थोड़ा सुनाने हैं। बेअंदर आने आज बुरे हाल होंडे हो, बेअंदर हले हो रहा क्या? वेल झूल जाना वाले, कोई गाली हले इन्हें पेज के ऐसी राजी नहीं हुए। ब्याहां दे बहुत ज़्यादा एक क्रैक डाउन कर रहे हैं, थोड़ा नवा नवा भी सुना, पहला कॉलर ले लिए। हेलो 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 हाँ जी हरजात जी हाँ जी ਸਾਡੇ ਕੋਲ ਇੱਕ ਮੁੰਡਾ ਆਇਆ ਇੰਡੀਆ ਤੋਂ ਆਇਆ ਹਾਂਜੀ ਐਜ਼ ਅ ਵਿਜ਼ਿਟਰ ਹਾਂਜੀ 6 ਮਹੀਨੇ ਦਾ ਉਹਦਾ ਵੀਜ਼ਾ ਸੀ ਲੇਕਿਨ ਉਸ ਵੀਜ਼ੇ ਦੇ ਵਿੱਚ ਉਹ ਉਹਨੇ ਵਿਆਹ ਕਰਵਾ ਲਿਆ ਹੈ ਨਾ ਹਾਂਜੀ ਤੇ ਉਹ ਕਿਸੇ ਲਾਇਰ ਨੇ ਉਹਨੂੰ ਦੱਸਿਆ ਸੀਗਾ ਕਿ ਵੀ ਉਹ ਉਹਦਾ ਕੇਸ ਸਹੀ ਹੋ ਹੀ ਜਾਏਗਾ ਹਾਂਜੀ ਤੇ ਵੀਜ਼ਾ ਲੱਗ ਹੀ ਜਾਣਾ ਆ ਵਿਦ ਇਨ ਦੈਟ ਟਾਈਮ ਉਹਨੇ ਪਾਸਪੋਰਟ ਭੇਜਿਆ ਸੀ ਰਾਈਟ ਹਾਂਜੀ ਲੇਕਿਨ ਉਹ 6 ਮਹੀਨੇ ਹੋਣੇ ਹੋਏ ਆ 2 ਕਈ ਹਫਤੇ ਉੱਪਰ ਹੋਏ ਹਾਂਜੀ ਉਹ ਐਪਲੀਕੇਸ਼ਨ ਉਹਨਾਂ ਨੇ ਰਿਫਿਊਜ਼ ਕਰ ਦਿੱਤੀ ਉਹ ਤਾਂ ਹੋਣੀ ਸੀ ਜੀ ਹਾਂਜੀ ਉਹ ਤਾਂ ਹੋਣੀ ਸੀ ਰਿਫਿਊਜ਼ ਹਾਂਜੀ ਓ ਰੀਲੀ ਹਾਂਜੀ ਓਕੇ ਪਰ ਉਹ ਸੋਲਿਸਟਰ ਨੇ ਕਾਫੀ ਜ਼ੋਰ ਦਿੱਤਾ ਸੀਗਾ ਕਿ ਵੀ ਰਿਫਿਊਜ਼ ਨਹੀਂ ਹੋਣੀ ਵੀਜ਼ਾ ਲੱਗ ਹੀ ਜਾਣਾ ਨਹੀਂ ਭੈਣ ਜੀ ਜੋ ਕਾਨੂੰਨ ਕਹਿੰਦਾ ਹਾਂਜੀ ਉਹਨੂੰ ਜੋ ਕਾਨੂੰਨ ਕਹਿੰਦਾ ਆ ਹਾਂਜੀ ਇਹ ਤਕਰੀਬਨ 4-5 ਸਾਲ ਮੈਨੂੰ ਹੋ ਗਏ ਦੱਸਦਿਆਂ ਨੂੰ ਇੱਥੇ ਐਵਰੀ ਫਰਾਈਡੇ कि जे तुसी विजिटर वीजा ते ब्याह करोने थानू वापस जाना पैंदा भावें ब्याह इत्थे हो जाए थानू वीजा लैण लई वापस ही जाना पैंदा ओके थानू उस लिस्ट दी गल वधिया लगी एस लिस्ट दी गल नहीं वधिया लगी हां ओके सो फिर हुण उहनां नूं वापस जिदा जे हुण सोलिसिटर कह रहा सीगा कि भी सानू अपील करनी पैणी आ लेकिन अपील दे पेपरां ते साफ साफ लिख्या आ उहदा कि भी उहदियां कई ओ जस्टिफाई बेसिकली करनियां पैणियां कि भी की रीजन दे करोगे हां जी जहाज फड़के जहाज फड़के वापस जाए जी औखी काम नहीं पासपोर्ट होना अपने उलझा लिया अपने आप कि हुण उहनां ने कहना कि तूं अप्लाई उत्थे क्यों कीता जे तैनूं पता सी तैनूं आउणा चाहीदा सी हुण सोलिसिटर तां कहूगा नहीं कि मेरा कसूर सी उहनूं तां कहना सी इह मेरे कोल आए आ मैं अप्लाई करता राइट हुण उहदे विच उहनां ने पुछणा कि तूं हुण ओवरस्टे भी होके आए आ हुण तूं रिफ्यूज भी होए आ तूं तां आया मुड़ के नहीं तां तेरा तां तूं तां कहिंदा सी मैं सैरा नहीं चलिया हाँ पता नहीं किहदा विआह खाण आया तां करा आप लिया ਹਾਂਜੀ ਓਕੇ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਇਹ ਜੀ ਪੁੱਠੇ ਕੰਮ ਨਾ ਕਰਿਆ ਕਰੋ ਬੈਟਰ ਰਹੋਗੇ ਤੁਸੀਂ ਤੁਹਾਨੂੰ ਮੈਂ 100 ਵਾਰੀ ਦੱਸਿਆ ਕਿ ਜੇ ਵਿਜ਼ਟਰ ਇੱਥੇ ਵਿਆਹ ਕਰ ਵੀ ਲੈਂਦਾ ਤੁਹਾਨੂੰ ਵੀਜ਼ਾ ਲੈਣ ਲਈ ਵਾਪਸ ਜਾਣਾ ਪੈਂਦਾ ਸੋ ਇਹਦੇ ਵਿੱਚ ਨਹੀਂ ਤਾਂ ਆ ਰਿਫਿਊਜ਼ਲ ਹੁੰਦੇ ਤਾਂ ਫਿਰ ਇੱਦਾਂ ਜੀ ਤੁਹਾਨੂੰ ਫਿਰ ਨਾ ਹੋਣੀ ਆ ਫਿਰ ਉੱਥੇ ਹੁਣ ਐਮਬੈਸੀ ਵਾਲਿਆਂ ਨੇ ਹੁਣ ਤਾਂ ਔਖੇ ਹੋਣਾ ਹੀ ਆ ਕਹਿੰਦਾ ਇੱਕ ਤਾਂ ਤੂੰ ਵਿਆਹ ਸਾਨੂੰ ਦੱਸ ਕੇ ਸੈਡ ਲਈ ਗਿਆ ਤਾਂ ਵਿਆਹ ਕਰਾ ਲਿਆ ਚੱਲ ਉਹ ਵੀ ਕੋਈ ਗੈਰ ਕਾਨੂੰਨੀ ਕੰਮ ਨਹੀਂ ਪਰ ਜਿਹੜਾ ਤੂੰ ਉੱਥੇ ਅਪਲਾਈ ਕੀਤਾ ਤਾਂ ਨਾ ਹੋਈ ਆ ਤਾਂ ਹੁਣ ਤੂੰ ਆਉਣ ਰਿਹਾ ਓਬਵੀਅਸਲੀ ਮੇਕਣਾ ਮੇਕ ਅ ਡਿਫਰੈਂਸ ਜੇ ਉੱਥੇ ਕਿਤੇ ਰਿਫਿਊਜ਼ਲ ਹੋ ਗਿਆ ਸਾਲ ਲੱਗ ਜਾਣਾ ਮੁੜ ਕੇ ਆਉਣ ਨੂੰ ਤਾਂ ਫਿਰ ਗਰਮੀਆਂ ਦਾ ਮਤਲਬ ਕੱਟ ਕੇ ਆਊ ਚਲੋ ਅੱਗੇ ਵੀ ਉੱਥੇ ਕੱਟੀਆਂ ਹੋਣੀਆਂ ਨੇ ਗਰਮੀਆਂ ਜੇ ਇੱਕ ਹੋਰ ਕੱਟ ਲਈ ਤਾਂ ਇਹਦੇ ਵਿੱਚ ਕਾਹਦੀ ਆ ਨੁਕਸਾਨ ਆ ਚਲੋ ਮੇਰਾ ਖਿਆਲ ਮੈਨੂੰ ਇੰਡੀਕੇਸ਼ਨ ਹੋ ਗਈ ਹੈ